ਗ੍ਰਾਮੀਓ ਤਾਂ ਹੁਣ ਕੋ ਨੇ ਦੀਵਾਲੀ ਸੁਣਨਾ ਹੋਲੇ ਸੁਣੋ ਆਪ ਦਾ ਧਿਆਨ ਤੋਤੋ ਪਰ ਚਲਾ ਗਿਆ ਯਾਦ ਆਇਆ ਕਿ ਇਹ ਗੁਨਾਹਾਂ ਕੇ ਮੰਨਾ ਉਠਾ ਕੇ ਤੇ ਮੇਰੇ ਗੁਨਾਹ ਪਰ ਸਵਾਦ ਕੀ ਨੇ ਬਾਤ ਕੀ ਇਹ ਕਿਤਨੇ ਤੋਤੋ ਵਿੱਚ ਸਾਰੇ ਨਾ ਜਾ ਯਾਦ ਤਾਂ ਠੀਕ ਆ ਦਿਲ ਵਿੱਚ ਸੀਨੇ ਵਿੱਚ ਮਮ ਹੋਵੇ ਤੇ ਨੀਂਦ ਨਹੀਂ ਆਉਂਦੀ ਕਿਉਂਕਿ ਨੀਂਦ ਸਕੂਨ ਦਾ ਨਾਮ ਹੈ ਤੇ ਬੇਸਕੂਨੀ ਨਾਲ ਨੀਂਦ ਨਹੀਂ ਆਉਂਦੀ ਔਰ ਕਮਲੀ ਵਾਲੇ ਦੇ ਸੀਨੇ ਵਿੱਚ ਉਮਤ ਦਾ ਖਾਬ ਨੇ ਕਿ ਮੇਰੇ ਗੁਨਾਹਾਂ ਦਾ ਕੀ ਬਣੇਗਾ ਇਧਰ ਕੋ ਦੇਣ ਦੇ ਵਾਲੀ ਸਭ ਅੱਲਾਹ ਹੋ ਦੇ ਸਮਾਂ ਆਪਣੀ ਮੁਸੰਮਰ ਵਾਲੀ ਚਾਦਰ ਤਾਰ ਕੇ ਤੇ ਸੋ ਰਹੇ ਸੀਨੇ ਸੀਨੇ ਵਿੱਚ ਮਮ ਉਮਤ ਦਾ ਕਮਲੀ ਵਾਲੇ ਦੀਆਂ ਅੱਖਾਂ ਵਿੱਚੋਂ ਅੱਥਰੂ ਆ ਗਏ ਹਜ਼ਰਤ ਗ੍ਰਾਮੀ ਉਹ ਤਾਂ ਸ਼ਾਨ ਹੋਵੇ ਵੀ ਬੜਾ ਲੱਗਦਾ ਮਹਬੂਬ ਹੋਵੇ ਵੀ ਸੋਹਣਾ ਤੇ ਹੋਵੇ ਵੀ ਲੱਗਦਾ ਔਰ ਇਹਦਾ ਲੱਗਦਾ ਮਹਬੂਬ ਹੋਵੇ ਕਿ ਰੱਬ ਨੇ ਜਿਹਦੇ ਸਰ ਤੇ ਨੌ ਨਾਹਾ ਦਾ ਤਾਜ ਬਣਾਇਆ ਹੋਵੇ ਇਹਦਾ ਮਹਬੂਬ ਲੱਗਦਾ ਹੋਵੇ ਕਿ ਜਿਹਦੇ ਕੰਮ ਬਦਮ ਪੂਰੀ ਕਾਇਨਾਤ ਜਿਹਦੀ ਵਜ੍ਹਾ ਤੋਂ ਬਣਾਈ ਗਈ ਇਹਦਾ ਸੋਹਣਾ ਤੇ ਲੱਗਦਾ ਮਹਬੂਬ ਹੋਵੇ ਤੇ ਫਿਰ ਮਹਬੂਬ ਰੋਂਦੇ ਤੇ ਨਹੀਂ ਨਾ ਬੇਖੇ ਜਾਂਦੇ ਉੱਚੀ ਬਾਤ ਅੱਲਾਹ ਕੋ ਸੁਭਾਨ ਅੱਲਾਹ ਸੁਭਾਨ ਅੱਲਾਹ ਫਿਰ ਮਹਬੂਬ ਰੋਂਦੇ ਤੇ ਨਹੀਂ ਨਾ ਬੈਠੇ ਜਾਂਦੇ ਬਾਹਰ ਕੋਲ ਬਾਈ ਸੁਭਾਨ ਅੱਲਾਹ ਆਓ ਨੌਜਵਾਨੋ ਅੱਲਾਹ ਕਰੀਮ ਨੇ ਇਰਸ਼ਾਦ ਫਰਮਾਇਆ ਸੁਭਾਨ ਅੱਲਦੀ ਆਪ ਦੇ ਖਾਕੀ ਸਰ ਚੰਨੂ ਆਪ
मेराज ग्रांड की एक वजह ये भी सी इस सुती हुई उम्मत दी किस्मत च दामन चले आए वो तो सुभान अल्लाह सुभान अल्लाह आओ नौजवानों अच्छा नजर नजर